ਸਤਿ ਸ਼੍ਰੀ ਅਕਾਲ ਜੀ, ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਮਾਡਲ ਟਾਊਨ ਲੁਧਿਆਣਾ ਤੋਂ ਅੱਜ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਵਾਸਤੇ ਬਿਲਕੁਲ ਲੇਟੈਸਟ ਕਲੈਕਸ਼ਨ ਜਿਹਦੇ 'ਚ ਕਿ ਅੱਜ ਅਸੀਂ ਤੁਹਾਨੂੰ ਅਨਸਟਿਚ ਦੇ ਵਿੱਚ ਪੀਸ ਦਿਖਾਵਾਂਗੇ। ਸਾਰੇ ਹੀ ਸੁਪਰ ਡੁਪਰ ਨੇ, ਪਾਰਟੀ ਵੇਅਰ ਪੀਸ ਨੇ, ਮਤਲਬ ਫੋਰਮਲ ਸੈਮੀ ਫੋਰਮਲ, ਮਤਲਬ ਬਹੁਤ ਜ਼ਿਆਦਾ ਐਕਸਟਰਾ ਗੌਡੀ ਨਹੀਂ ਹੈਗਾ। ਰੇਂਜ ਤਕਰੀਬਨ ਆਏਗੀ 4-5 ਹਜ਼ਾਰ ਤੋਂ ਲੈ ਕੇ 8-9 ਦੇ ਆਸ ਪਾਸ ਤੱਕ। ਸਾਰੇ ਹੀ ਸੁਪਰ ਡਨ, 4-5 ਤੋਂ ਲੈ ਕੇ 8-9 ਦੇ ਆਸ ਪਾਸ ਤੱਕ ਸਾਰੇ ਐਕਸਕਲੂਸਿਵ। ਕਿਸੇ 'ਚ ਦੋ ਕਲਰ ਨੇ, ਆਲਮੋਸਟ ਪੀਸ ਸਾਰੇ ਹੀ ਨਵੇਂ ਨੇ, ਹਰ ਇੱਕ ਦੇ ਵਿੱਚ ਮੇਰੇ ਖਿਆਲ ਦੋ ਦੋ ਕਲਰ ਆਉਣਗੇ ਇਹਦੇ 'ਚ। ਅਤੇ ਜਿਹੜਾ ਤੁਹਾਨੂੰ ਡੰਮੀ 'ਤੇ ਸ਼ੋਅ ਕੀਤਾ, ਇਹ ਪਿਓਰ ਕਰੇਵ ਉੱਤੇ, ਇੱਦਾਂ ਕੁਛ ਪਿਓਰ ਕਰੇਵ ਆਏਗੀ, ਕੁਛ ਔਰਗੈਂਜ਼ਾ ਆਏਗੀ, ਕੁਛ ਜੋਰਜਟ ਆਏਗੀ, ਕੋਈ ਤਾਣਾ ਬਾਣਾ ਸਿਲਕ ਆਣਗੇ। ਫੈਬਰਿਕ ਤੁਹਾਨੂੰ ਨਾਲ ਨਾਲ ਮੈਨਸ਼ਨ ਕਰੀ ਚੱਲਾਂਗੇ, ਅਤੇ ਨੰਬਰ ਤੁਸੀਂ ਇੱਕ ਵਾਰੀ ਨੋਟ ਕਰੋ ਬੁਕਿੰਗ ਵਾਸਤੇ ਜੀ। ਇਹ 3 ਨੰਬਰ ਨੇ ਸਟੋਰ ਦੇ, 3 ਨੰਬਰਾਂ 'ਤੇ ਵਟਸਐਪ ਚੱਲਦਾ ਤੁਹਾਨੂੰ, ਜੋ ਜੋ ਚੰਗਾ ਲੱਗਾ ਤੁਸੀਂ ਇਹਨਾਂ ਨੰਬਰਾਂ 'ਤੇ ਪਿਕ ਭੇਜ ਕੇ ਆਪਣੇ ਫੀਸ ਫਾਈਨਲ ਕਰ ਸਕਦੇ ਹੋ। ਲਓ ਜੀ, ਵੀਡੀਓ ਆਪਾਂ ਤੁਹਾਨੂੰ ਸ਼ੁਰੂ ਕਰਨ ਲੱਗੇ ਹਾਂ। ਹੁਣ ਗੱਡੀ ਉੱਡ ਦੇ ਕਿੱਥੇ ਚੀਜ਼ਾਂ ਸਾਰੀਆਂ ਸਾਡੇ ਕੋਲ ਡੇਲੀ ਨਵੀਂ ਆਉਂਦੀਆਂ ਜੀ। ਉਹਦੇ 'ਚ ਤੁਹਾਨੂੰ ਤਕਰੀਬਨ 20-22 ਪੀਸ ਹੁੰਦੇ ਨੇ, ਬਿਲਕੁਲ ਨਵੇਂ ਹੀ ਸ਼ੋਅ ਕਰੀ ਦਿੰਦੇ ਹਾਂ। ਦੇਖੋ, ਅਨਸਟਿਚ ਪੀਸ ਹੈ, ਲੇਕਿਨ ਇਹਦਾ ਨੈੱਕ ਬਣ ਕੇ ਆਇਆ, ਬਹੁਤ ਸੋਹਣਾ ਕੰਸੈਪਟ ਹੈ ਜੀ ਇਹਦਾ। ਪਿੰਕੀ ਜੀ, ਮਨਪ੍ਰੀਤ ਜੀ, ਸ਼ਿਵਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਲਓ ਜੀ, ਅੱਜ ਦੇਖੋ ਜਿਹੜਾ ਤੁਸੀਂ, ਇਹ ਫਸਟ ਟਾਈਮ ਆਈਟਮ ਬਣ ਕੇ ਅਨਸਟਿਚ ਦੇ ਵਿੱਚ, ਉੱਪਰ ਨੈੱਕ ਬਣ ਕੇ ਆਇਆ। ਨਾਲ ਦੇਖੋ, ਸਾਰਾ ਨੀਚੇ ਗ੍ਰੇ ਕਲਰ ਦਾ ਬੇਸ ਹੈ, ਜੋਰਜਟ ਔਰਗੈਂਜ਼ਾ ਦਾ, ਉਹਦੇ ਉੱਪਰ ਬਾਂਧਨੀ ਦਾ ਪੈਚ ਦਿੱਤਾ ਗ੍ਰੇ ਦੇ ਉੱਤੇ ਬਲੈਕ ਪ੍ਰਿੰਟਿੰਗ ਨਾਲ। ਇਹ ਸਾਰੇ ਰੇਸ਼ਮ ਦਾ ਨੀਚੇ ਕੰਮ ਹੈ, ਹਲਕੀ ਹਲਕੀ ਨਾਲ ਨਾਲ ਸਿੱਪੀ ਚੱਲਦੀ ਹੈ। ਨੀਚੇ ਪਰਲ ਦੀ ਹੈਂਗਿੰਗ ਦਿੱਤੇ ਨੇ, ਮਤਲਬ ਇਹ ਘੇਰੇ ਲੇਵਲ ਤੱਕ ਪੂਰਾ ਹੈਵੀ ਕੰਮ ਆਏਗਾ, ਠੀਕ ਹੈ ਜੀ। ਉੱਪਰ ਬਣਿਆ ਫਿਰ ਨੈੱਕ ਦੇ ਚਸਤਾ, ਨੈੱਕ ਵੀ ਬਹੁਤ ਸੋਹਣਾ, ਉਹੀ ਸੇਮ ਪਾਈਪਿੰਗ ਦੇ ਕੇ ਨੈੱਕ ਦੇ ਫਰੇਲ ਬਣਾਈ ਹੋਈ ਹੈ, ਨਾਲ ਨਾਲ ਪਰਲ ਦੀ ਸੈਟਿੰਗ ਹੈ। ਸੇਮ ਇੱਦਾਂ ਹੀ ਨਾਲ ਇਹਦੇ ਦੁਪੱਟਾ ਆਏਗਾ, 4-ਸਾਈਡ ਦੁਪੱਟਾ ਗ੍ਰੇ ਕਲਰ ਦੇ ਵਿੱਚ ਹੀ, ਜੋਰਜਟ ਔਰਗੈਂਜ਼ਾ ਦਾ। ਸ਼ਰਟ ਦੁਪੱਟੇ ਦਾ ਫੈਬਰਿਕ ਸੇਮ ਹੈ, ਸਿਲਕ ਦੀ ਬੋਟਮ ਹੈ। ਦੇਖੋ, ਬਿਲਕੁਲ ਐਕਸਕਲੂਸਿਵ ਚੀਜ਼ ਹੈ ਜੀ ਇਹਦੀ, ਔਰ ਰੇਟ ਵੀ, ਮਤਲਬ ਤੁਸੀਂ ਕਹੋਗੇ ਵਾਕਈ ਕੀ ਵਾਓ ਵਾਲੀ ਫੀਲਿੰਗ ਹੈ, ਰੇਟ ਵੀ ਇਹਦਾ ਬਹੁਤ ਰੀਜ਼ਨੇਬਲ ਹੈ। ਦੇਖੋ, ਨੰਬਰ ਨਹੀਂ ਆ ਰਿਹਾ ਉੱਤੇ, ਇਹੀ ਚੱਕਰ। ਅਤੇ ਦੂਜਾ ਕਲਰ 'ਚ ਆਏਗਾ ਜੀ, ਇਸ ਤਰ੍ਹਾਂ ਲਾਈਟ ਜਿਹਾ ਸੀ ਗ੍ਰੀਨ ਕਲਰ ਆਏਗਾ, ਗ੍ਰੀਨਿਸ਼ ਬਲੂ ਕਲਰ। ਆਈਟਮ ਨੰਬਰ 1 ਹੈ, ਅਤੇ ਪ੍ਰਾਈਸ ਪਏਗਾ 6190, 6890 ਰੁਪਏ ਸਿਰਫ। ਕੁਲਵਿੰਦਰ ਜੀ, ਤੇਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਪਰਵਿੰਦਰ ਜੀ, ਕਿਰਨ ਜੀ, ਸਤਿ ਸ਼੍ਰੀ ਅਕਾਲ ਜੀ। ਰਾਹੁਲ ਜੀ, ਸਤਿ ਸ਼੍ਰੀ ਅਕਾਲ ਜੀ। ਚਲੋ ਕੋਈ ਨਾ, ਸ਼ੁਰੂ ਹੋ ਜਾਂਦਾ। ਲਓ ਜੀ, ਕਿਆ ਚੀਜ਼ ਦੇਣਾ ਜਿਹੜਾ ਜੀ, ਇਹ ਔਰਗੈਂਜ਼ਾ ਉੱਤੇ ਪ੍ਰਿੰਟਿੰਗ ਹੈ, ਆਰ ਸਟੂਡੀਓ ਦਾ ਪੀਸ ਹੈ ਜੀ ਵਾਲਾ, ਬਹੁਤ ਹੀ ਸੁਪਰ ਡੁਪਰ ਆਰਟੀਕਲ ਹੈ, ਪਿਓਰ ਜੋਰਜਟ ਔਰਗੈਂਜ਼ਾ ਆਏਗੀ। ਇਹ ਬੈਕ ਆਏਗੀ ਪ੍ਰਿੰਟਿੰਗ ਸਾਰੀ, ਦੇਖੋ ਇੱਦਾਂ ਪ੍ਰਿੰਟਿੰਗ ਫਰੰਟ 'ਤੇ ਵੀ ਇਹੀ ਹੈ, ਲੇਕਿਨ ਪ੍ਰਿੰਟਿੰਗ ਦੇ ਨੀਚੇ ਨਾਲ ਉਹਨਾਂ ਨੇ ਕਲਾਕਾਰੀ ਕਰਤੀ ਇਮਬਰਾਇਡਰੀ ਦੇ ਵਿੱਚ। ਦੇਖੋ ਸਾਰੀ, ਇਸ ਤਰ੍ਹਾਂ ਇਹ ਸਾਰਾ ਇਹ 'ਚ ਨਾ, ਇਸ ਤਰ੍ਹਾਂ ਚਿਕਨਕਾਰੀ ਟਾਈਪ ਨੀਚੇ ਇਮਬਰਾਇਡਰੀ ਹੈ। ਆਹ ਦੇਖੋ, ਸਾਰਾ ਵਿੱਚ ਇਮਬਰਾਇਡਰੀ ਦੇ ਵਿੱਚ ਹੀ ਬਣਿਆ ਜੀ ਇਹਦਾ, ਇਹ ਕੋਈ ਐਕਸਟਰਾ ਪੈਚ ਨਹੀਂ ਲੱਗਿਆ ਇਹਦੇ ਉੱਤੇ, ਇਹ ਟੋਟਲ ਸਾਰਾ ਇਮਬਰਾਇਡਰੀ ਦੇ ਵਿੱਚ ਹੀ ਕੀਤਾ ਉਹਨੂੰ ਸਾਰਾ। ਫਿਰ ਉਹਦੇ ਉੱਪਰ ਪਰਲ ਦੀ ਸੈਟਿੰਗ ਹੈ, ਨਾਲ ਕੇ ਨੀਚੇ ਸਟੋਨ ਦਿੱਤੇ ਨੇ। ਇਹ ਸੇਮ ਇੱਦਾਂ ਹੀ ਪੂਰੀ ਸ਼ਰਟ ਦਾ ਫਰੰਟ ਆਏਗਾ, ਬੈਕ ਪ੍ਰਿੰਟਿੰਗ ਆਏਗੀ, ਅਤੇ ਬਾਜ਼ੂ ਅਣਗੇ ਨਾਲ ਬਹੁਤ ਸੋਹਣੇ ਲੇਸਿਸ ਦੇ ਵਿੱਚ, ਜਿਹੜੀ ਦੁਪੱਟੇ 'ਤੇ ਲੇਸ ਦਿੱਤੀ ਉਹੀ ਬਾਜ਼ੂ 'ਤੇ, ਇਹ ਦੁਪੱਟਾ ਨਾਲ ਇਹਦੇ। ਲਓ ਜੀ, ਦੂਜਾ ਕਲਰ 'ਚ ਆਏਗਾ ਗੋਲਡਨ ਮਸਟਰਡ, ਇਹ ਹੈਗਾ ਗਾਜਰੀ ਪਿੰਕ, ਪਿੰਕ ਐਂਡ ਫੋਨ, ਇਹ ਆਏਗਾ ਮਸਟਰਡ ਐਂਡ ਫੋਨ ਦੇ ਵਿੱਚ। ਲਓ ਜੀ,
ਪੀਸ ਜਿੰਨੇ ਵੀ ਆਣਗੇ ਸੁਪਰ ਡੁਪਰ ਆਣਗੇ। ਆਈਟਮ ਨੰਬਰ 2 ਪ੍ਰਾਈਜ਼ ਪਏਗਾ 5740 ਰੁਪਈਏ ਜੀ। ਲਓ ਜੀ, ਕਿਹਾ ਵੀ ਚੀਜ਼ ਬਹੁਤ ਪਿਆਰੀ ਆਈ ਹੈ, ਮੀਡੀਅਮ ਕਲਰ ਦੇ ਵਿੱਚ ਆਈਟਮ ਆਈ ਹੈ, ਜਿਵੇਂ ਸੋਬਰ ਕੰਸੈਪਟ ਆਪਾਂ ਲੈਣਾ ਹੁੰਦਾ ਨਾ। ਲਓ ਜੀ, ਇਹ ਬਨਾਰਸੀ ਉੱਤੇ ਆਈਟਮ ਆਈ ਹੈ, ਪਿਓਰ ਕਰੇਪ ਫੈਬਰਿਕ ਹੈ, ਉਹਦੇ ਉੱਪਰ ਸਾਰੀ ਬਨਾਰਸੀ ਵੀਵਿੰਗ ਹੈ ਬਣੀ ਸਾਰੀ ਇਸ ਤਰ੍ਹਾਂ। ਇਹਦੇ ਵਿੱਚ ਹਲਕੇ ਜਿਹੇ ਬਾਜ਼ੂ ਉੱਤੇ ਜ਼ਿਗਜ਼ੈਗ ਨੀਚੇ ਦਿੱਤਾ ਅਤੇ ਇਹ ਸ਼ਰਟ ਦਾ ਘੇਰਾ ਦਿੱਤਾ ਦੇਖੋ ਇਹਦੇ 'ਚ। ਇਹ ਸਾਰਾ ਦਬਕੇ ਦਾ, ਪਰਲ ਦਾ, ਸਰਵੋਸਕੀ ਦਾ, ਨੋਟ ਦਾ, ਸ਼ੀਸ਼ੇ ਦਾ, ਦੇਖੋ ਚੀਜ਼ਾਂ ਦੇਖੋ ਜੀ। ਫੈਬਰਿਕ ਪਿਓਰ ਕਰੇਪ ਦੇ ਵਿੱਚ ਹੈ, ਉਹਦੇ 'ਚ ਵੀਵਿੰਗ ਹੈ, ਪਿਓਰ ਕਰੇਪ ਦੀ ਬੋਟਮ ਹੈ, ਦੁਪੱਟੇ ਉੱਤੇ ਪੂਰੀ ਇੰਬਰਾਇਡਰੀ ਹੈ, ਚਨੋਨ ਸ਼ਿਫੋਨ ਦਾ ਫੈਬਰਿਕ ਹੈ, ਦੁਪੱਟੇ ਦੇ ਚਾਰੇ ਪਾਸੇ ਇੱਦਾਂ ਜ਼ਿਗਜ਼ੈਗ ਹੈ, ਕੋਰਨਰ 'ਤੇ ਹਲਕਾ ਜਿਹਾ ਇੱਕ ਬੂਟੀ ਦਿੱਤੀ, ਟੋਟਲ ਸਾਰਾ ਹੈਂਡਵਰਕ ਹੈ ਜੀ। ਦੂਜਾ ਕਲਰ ਆਏਗਾ ਪਿਆਜ਼ੀ ਪਿੰਕ, ਇਹ ਥੋੜ੍ਹਾ ਜਿਵੇਂ ਆਪਾਂ ਮੰਮੀ ਵਾਸਤੇ ਜਾਂ ਨਾਨੀ ਵਾਸਤੇ, ਦਾਦੀ ਵਾਸਤੇ ਥੋੜ੍ਹਾ ਜਿਹਾ ਮਤਲਬ ਮਾਡਰਨ ਚੀਜ਼ ਲੈਣੀ ਹੈ, ਘਰ ਦੇ ਫੰਕਸ਼ਨ ਦੇ ਪਾਉਣ ਨੂੰ ਬਹੁਤ ਸੋਹਣੀ ਆਈਟਮ ਹੈਗੀ। ਆਈਟਮ ਨੰਬਰ 3 ਪ੍ਰਾਈਜ਼ ਪਏਗਾ 5980। ਤੋ ਜੀ, ਪਿਓਰ ਟਿਸ਼ੂ ਦੇ ਉੱਤੇ ਕੋਨਸੈਪਟ ਆਇਆ ਵੀ ਨਵੀਂ ਆਈਟਮ ਆਈ ਹੈ ਬਿਲਕੁਲ। ਦੇਖੋ ਚੀਜ਼ਾਂ ਸਾਡੇ ਕੋਲ ਡੇਲੀ ਨਵੀਆਂ ਆਉਣੀਆਂ ਜੀ ਇਹਨੀਆਂ। ਮਟੈਲਿਕ ਮੋਵ ਕਲਰ ਹੈ ਜੀ ਇਹਦਾ, ਪਿਓਰ ਟਿਸ਼ੂ ਦੇ ਉੱਤੇ ਆਈਟਮ ਆਈ ਜੀ ਇਹਦੀ। ਐਕਚੁਲੀ ਪਹਿਲਾਂ ਆਈਟਮ ਆ ਰਹੀ ਸੀ ਤਕਰੀਬਨ ਕੋਈ 14-15 ਹਜ਼ਾਰ ਦੀ ਰੇਂਜ, ਹੁਣ ਥੋੜ੍ਹਾ ਜਿਹਾ ਰੀਜ਼ਨੇਬਲ ਬਣਾਇਆ ਇਹਨੂੰ। ਪਿਓਰ ਟਿਸ਼ੂ ਦਾ ਫੈਬਰਿਕ ਹੈ ਜੀ, ਸੇਮ ਕਲਰ ਦੀ ਬੋਟਮ ਆਏਗੀ ਕਰੇਪ ਦੀ, ਅਤੇ ਉੱਪਰ ਸਾਰਾ ਸਰਵੋਸਕੀ ਦਾ ਕੰਮ ਆਏਗਾ। ਇਹ ਦੇਖੋ ਸਾਰੀ ਸਰਵੋਸਕੀ ਦੀ ਡਿਜ਼ਾਇਨਿੰਗ ਹੈ, ਨਾਲ ਨਾਲ ਪਰ ਲੱਗੇ ਨੇ, ਨਾਲ ਮੈਟ ਵਾਲੇ, ਨੀਚੇ ਸਕੈਲਪਿੰਗ ਹੈ, ਇੱਦਾਂ ਹੀ ਦੁਪੱਟੇ ਦੇ ਚਾਰੇ ਪਾਸੇ ਬਾਰਡਰ ਹੈ। ਮਤਲਬ ਇਹ ਚੀਜ਼ਾਂ ਲੋਕਲ ਨਹੀਂ ਬਣ ਪਾਉਂਦੀਆਂ ਜੀ, ਇਹ ਤੁਹਾਨੂੰ ਰੈਡੀ ਟੂ ਵੇਅਰ ਹੀ ਚੀਜ਼ ਲੈਣੀਆਂ ਪੈਣੀਆਂ ਨੇ ਇਹ। ਮਤਲਬ ਰੈਡੀ ਟੂ ਵੇਅਰ ਮਤਲਬ ਤੁਸੀਂ ਬੁਟੀਕ ਤੋਂ, ਤੁਹਾਨੂੰ ਇਹਦੇ 'ਤੇ ਕੁਛ ਕਰਾਉਣ ਦੀ ਲੋੜ ਨਹੀਂ ਹੈ, ਸਿੰਪਲ ਸਟਿਚਿੰਗ ਕਰਾਓ। ਇਹ ਹੈਗਾ ਮੋਵ ਕਲਰ, ਦੂਜਾ ਹੈਗਾ ਡਾਰਕ ਗ੍ਰੀਨ, ਸੁੱਕੀ ਮਹਿੰਦੀ ਗ੍ਰੀਨ ਕਲਰ। ਕੰਮ ਦੇਖੋ 0 ਨੰਬਰ ਦੀ ਸਰਵੋਸਕੀ ਆ, ਨਾਲ ਨਾਲ ਪਰਲ ਹੈ, ਉੱਪਰ ਸਿੰਗਲ ਬੂਟੀ ਹੈ, 4-ਸਾਈਡ ਦੁਪੱਟਾ, ਸ਼ਰਟ ਦੁਪੱਟੇ ਦਾ ਸੇਮ ਫੈਬਰਿਕ ਹੈ। ਕਰੇਪ ਦੀ ਬੋਟਮ ਆਈਟਮ ਨੰਬਰ 4 ਪ੍ਰਾਈਜ਼ ਹੈਗਾ 9960 ਰੁਪਈਏ ਜੀ। ਚੀਜ਼ਾਂ ਦੇਖੋ ਤੁਸੀਂ ਸਾਰੇ ਨਵੇਂ ਕੋਨਸੈਪਟ, ਇਸ ਸਾਰਾ ਸ਼ਿਮਰ ਦੇ ਉੱਤੇ ਸੀਕੁਐਂਸ ਦਾ ਕੋਨਸੈਪਟ ਆ ਸਾਰਾ ਜੀ ਇਹਦਾ। ਇਹ ਸਾਰੀ ਇੰਬਰਾਇਡਰੀ ਨਾਲ ਸੀਕੁਐਂਸ ਲੱਗੇ ਨੇ, ਨੀਚੇ ਦੇਖੋ ਕੰਮ ਕੀਤਾ ਫਿਰ ਸਾਰਾ, ਟੋਟਲ ਸਾਰਾ ਇਹ ਜੈਪੁਰ ਦਾ ਕੰਮ ਹੈ ਜਿਹੜਾ, ਇਹ ਸਾਰਾ ਨੀਚੇ ਹੈਂਡਵਰਕ ਹੈ, ਸ਼ੀਸ਼ੇ ਦਾ ਕੰਮ ਹੈ, ਪੱਤਰੇ ਦਾ ਕੰਮ ਹੈ, ਨਾਲ ਪਰਲ ਹੈ, ਨਾਲ ਨਾਲ ਸਿੱਪੀ ਹੈ, ਨਾਲ ਨਾਲ ਸਰਵੋਸਕੀ ਹੈ। ਆਏਗਾ ਮਤਲਬ ਗ੍ਰੇ ਬਲੂ ਕਲਰ ਹੈ, ਇਹ ਸ਼ਰਟ ਦਾ ਘੇਰਾ ਆ ਗਿਆ ਇਸ ਤਰ੍ਹਾਂ ਜਿਹੜਾ, ਅਤੇ ਦੁਪੱਟਾ ਆਏਗਾ 4-ਸਾਈਡ ਵਿੱਚ, ਚਾਰੇ ਪਾਸੇ ਦੁਪੱਟੇ ਦੇ ਬਰੀਕ ਬਰੀਕ ਇੰਬਰਾਇਡਰੀ, ਸ਼ਰਟ ਦੁਪੱਟਾ ਟਿਸ਼ੂ ਦਾ, ਅਤੇ ਬੋਟਮ ਆਏਗੀ ਨਾਲ ਇਹਦੇ ਕਰੇਪ ਦੀ, ਪਿਓਰ ਦੀ ਕਰੇਪ ਦੀ ਬੋਟਮ। ਦੂਜਾ ਕਲਰ ਹੈਗਾ ਕੋਪਰ ਪੀਚ ਕਲਰ। ਆਈਟਮ ਨੰਬਰ 5 ਪ੍ਰਾਈਜ਼ ਹੈਗਾ 7640 ਰੁਪਈਏ ਜੀ, 7640। ਚੀਜ਼ਾਂ ਦੇਖੋ ਜੀ ਸੁਪਰ ਡੁਪਰ ਆਉਂਦੀਆਂ, ਤੁਹਾਨੂੰ ਸਾਡੀ ਕੋਸ਼ਿਸ਼ ਕਰਿਆ ਕਰੋ ਵੀਡੀਓ ਨਾਲ ਨਾਲ ਸ਼ੇਅਰ ਕਰ ਦਿਆ ਕਰੋ। ਸੁਖਜੀਤ ਜੀ ਸਤਿ ਸ਼੍ਰੀ ਅਕਾਲ ਜੀ, ਅਰਵਿੰਦ ਜੀ ਸਤਿ ਸ਼੍ਰੀ ਅਕਾਲ ਜੀ, ਯਾਦਵ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ, ਅਲੋਕ ਜੀ ਸਤਿ ਸ਼੍ਰੀ ਅਕਾਲ, ਆਰਾਮ ਵਿੱਚ ਕਿੰਨੇ ਕਿਸ਼ੇ ਹੋਏ ਨੇ, ਇੱਕੋ ਜਿਹਾ ਬਸ। ਉਹ ਜੀ ਇਹ ਸੈਲਫ ਆਈਟਮ ਆਏਗੀ, ਦੇਖੋ ਨੀਚੇ ਬਨਾਰਸੀ ਵੀਵਿੰਗ ਆਏਗੀ,
ਮੋਵ ਕਲਰ ਦੇ ਵਿੱਚ, ਉਹਦੇ ਉੱਪਰ ਸਟਾਰ ਬੂਟੀ ਆ ਗਈ ਪਰਲ ਦੀ, ਦਬਕੇ ਨਾਲ ਸੈਟਿੰਗ ਕੀਤੀ ਹੋਈ ਹੈ। ਇਹ ਨੀਚੇ ਘੇਰਾ ਆ ਗਿਆ, ਨੀਚੇ ਪਰਲ ਦੀ ਲੇਸ ਵੀ ਦਿੱਤੀ ਹੋਈ ਹੈ। ਦੇਖੋ ਜੀ ਕੰਮ, ਦੇਖੋ ਮਤਲਬ ਬਰੀਕੀ ਦੇ ਕੰਮ ਨੇ ਸਾਰਾ, ਨੀਚੇ ਦਬਕਾ ਲੱਗਿਆ ਹੋਇਆ, ਪਰਲ ਦਾ ਕੰਮ ਹੈ ਸਾਰਾ। ਅਤੇ ਆਹ ਨਾਲ ਦੁਪੱਟਾ ਆਏਗਾ, ਦੁਪੱਟੇ ਦੇ ਫੋਰ ਸਾਈਡ ਦੇਖੋ ਜੀ, ਦੋ ਪੀਸ ਕੱਢ ਦੀ ਜੋਤੀ ਦੇ ਭੇਜਣੀ ਅੱਛਾ ਜੀ, ਦੁਪੱਟਾ ਪੁੱਛ ਦੋਗੇ ਮੈਡਮ। ਦੁਪੱਟੇ ਦੇ ਟਿਸ਼ੂ ਲੱਗਿਆ ਅਤੇ ਚਾਰੇ ਪਾਸੇ ਚਾਬੀ ਮੈਂ ਪਾਣੀ 'ਚ ਆਹ ਲੁੱਕ ਆਏਗੀ। ਦੂਜਾ ਕਲਰ ਹੈਗਾ ਜੀ ਬਲੂ ਕਲਰ, ਗ੍ਰੀਨਿਸ਼ ਬਲੂ ਕਲਰ, ਸਾਰਾ ਟੋਟਲ ਹੈਂਡਵਰਕ ਹੈ, ਦਬਕੇ ਦਾ ਕੰਮ ਹੈ, ਨੀਚੇ ਪਰਲ ਹੈ, ਉੱਪਰ ਐਮਬਰਾਇਡਰੀ ਹੈ, ਬੇਸ ਵੀ ਬਹੁਤ ਪਿਆਰਾ ਪਿਓਰ ਟਿਸ਼ੂ ਸ਼ਿਮਰ ਹੈ, ਉਹਦੇ ਉੱਪਰ ਸੈਲਫ ਕੰਮ ਕੀਤਾ ਹੋਇਆ। ਲਓ ਜੀ ਆਈਟਮ ਨੰਬਰ 6 'ਤੇ ਪ੍ਰਾਈਜ਼ ਪਏਗਾ 6,110 ਰੁਪਈਏ ਜੀ। ਸਾਰੇ ਹੀ ਤੁਹਾਨੂੰ ਸੁਪਰ ਡੁਪਰ ਪੀਸ ਆਣਗੇ ਜੀ, ਬਿਲਕੁਲ ਨਵੀਆਂ ਆਈਟਮਾਂ, ਨਵੇਂ ਨਵੇਂ ਕੋਨਸੈਪਟ ਆ। ਦੇਖੋ ਪਿਓਰ ਕਰਸ਼ ਟਿਸ਼ੂ ਉੱਤੇ ਆਈਟਮ ਆ ਗਈ, ਇਹ ਮਤਲਬ ਬਹੁਤ ਹੀ ਜਿਵੇਂ ਕਹਿੰਦੇ ਨਾ ਵੀ ਆਪਾਂ ਕੁਛ ਹਟ ਕੇ ਐਕਸਕਲੂਸਿਵ ਚੀਜ਼ ਹੈ ਜੀ। ਇਹ ਚੀਜ਼ਾਂ ਦੇਖੋ ਆਮ ਚੀਜ਼ਾਂ ਨਹੀਂ ਹੈਗੀਆਂ ਜਿਹੜੀਆਂ ਤੁਹਾਨੂੰ ਹਰ ਦੁਕਾਨ 'ਤੇ ਨਹੀਂ ਮਿਲਣੀਆਂ। ਕਰਸ਼ ਟਿਸ਼ੂ ਹੈ, ਪਿਓਰ ਟਿਸ਼ੂ ਹੈ, ਕਰਸ਼ ਦੇ ਵਿੱਚ ਉਹਦੇ ਉੱਪਰ ਡਿਜੀਟਲ ਪ੍ਰਿੰਟਿੰਗ ਦਿੱਤੀ ਸਾਰੀ, ਦੇਖੋ ਪਹਿਲਾਂ ਉਹਦੇ ਉੱਪਰ, ਫਿਰ ਹੈਂਡਵਰਕ ਕੀਤਾ ਸਾਰਾ। ਦੇਖੋ ਨੋਟ ਦਾ ਕੰਮ ਹੈ, ਕਢਦਾਨੇ ਦਾ ਕੰਮ ਹੈ, ਆਰੀ ਦਾ ਕੰਮ ਹੈ, ਨਾਲ ਨਾਲ ਪੱਤਰਾ ਵਰ ਦਿੱਤਾ, ਫਿਰ ਉੱਪਰ ਨੈੱਕ ਬਣਿਆ ਦੇਖੋ ਇਹਦੇ 'ਚ। ਨਾਲ ਟਿਸ਼ੂ ਦੀ ਬੋਟਮ ਆਏਗੀ ਹੋਏ ਹੋਏ ਹੋਏ, ਸਾਰਾ ਹੈਂਡਵਰਕ ਦੇਖੋ ਜੀ। ਇਹ ਪੂਰੀ ਨੈੱਕ ਆ ਗਿਆ, ਪੂਰੀ ਬੂਟੀ ਆਏਗੀ, ਹਲਕੀ ਜਿਹੀ ਬਾਜੂ 'ਤੇ ਬੂਟੀ ਆਏਗੀ ਬਰੀਕ ਬਰੀਕ। ਦੁਪੱਟਾ ਪਿਓਰ ਜੋਰਜਟ ਔਰਗੈਂਜ਼ਾ ਦਾ, ਚਾਰੇ ਪਾਸੇ ਸਕੈਲਪਿੰਗ ਹੈ, ਵਿੱਚ ਲਹਿਰੀਆਂ ਦੀ ਐਮਬਰਾਇਡਰੀ ਹੈ, ਇੱਕ ਹੈਗਾ ਕਰੀਮ ਡਾਰਕ ਕਰੀਮ ਕਲਰ ਅਤੇ ਦੂਜਾ ਹੈਗਾ ਲਾਈਟ ਜਿਹਾ ਗ੍ਰੀਨਿਸ਼ ਕਲਰ ਹੈ ਵਿੱਚ। ਦੇਖੋ ਟੋਟਲ ਸਾਰਾ ਹੈਂਡਵਰਕ ਹੈ ਜੀ, ਇਹ ਹੈਗੇ ਨੇ ਐਕਸਕਲੂਸਿਵ ਚੀਜ਼ਾਂ ਜਿਹੜੀਆਂ, ਇਹ ਡਿਜ਼ਾਈਨਰ ਦੇ ਪੀਸ ਨੇ, ਨੋਟ ਕਾਪੀ। ਇਹ ਕਾਪੀ ਕਿਸੇ ਨੇ ਕਰਨਾ ਵੀ ਨਹੀਂ ਗਾ ਜੀ, ਕਿਉਂਕਿ ਬਹੁਤ ਕੋਸਟਲੀ ਕੰਮ ਨੇ। 7 ਨੰਬਰ ਆਈਟਮ 10,920 ਰੁਪਈਏ ਸਿਰਫ। ਤੇਰਾ ਪੀਸ ਆ ਗਿਆ, ਚੱਕ ਲਿਆ ਪੀਸ ਕਰਿਓ, ਕਿਹੜੇ ਮੁਕਤੇ ਸੀ ਉਹ, ਬਿੱਲ ਬਣ ਗਿਆ ਬਣਨਾ, ਕਿੰਨੇ ਟਿੱਕੇ ਨੇ। ਲਓ ਜੀ ਕਿਆ ਚੀਜ਼ ਆਏਗੀ, ਇਹ ਵੀ ਪਿਓਰ ਮਹੇਸ਼ਵਰੀ ਸਿਲਕ ਉੱਤੇ ਵੀਵਿੰਗ ਹੈ ਲਾਈਟ ਡਾਰਕ ਦੀ, ਇਹਦੇ ਉੱਪਰ ਸਾਰਾ ਹੈਂਡਵਰਕ ਹੈ ਸੀਕੁਐਂਸ ਦਾ, ਕਢਦਾਨੇ ਦਾ ਅਤੇ ਹਲਕਾ ਹਲਕਾ ਦਬਕਾ ਚੱਲਦਾ ਪਿਆ ਵਿੱਚ, ਮਤਲਬ ਇੱਕ ਦੋ ਦੀ ਪੂਰੀ ਬੂਟੀ ਦਾ ਜਾਲ ਹੈ ਇਸ ਤਰ੍ਹਾਂ। ਨੈੱਕ ਬਣਿਆ ਵੀ ਸ਼ੇਪ ਦੇ ਵਿੱਚ, ਨੈੱਕ ਤੋਂ ਬਹੁਤ ਖੂਬਸੂਰਤ ਬਣਿਆ ਦੇਖੋ, ਨੈੱਕ ਦੇ ਵਿੱਚ ਹਲਕਾ ਹਲਕਾ ਜਿਹਾ ਹੋਲਸ ਵੀ ਦਿੱਤੇ ਨੇ ਸਾਰੇ 'ਚ, ਮਤਲਬ ਕਟਵਰਕ ਵੀ ਦਿੱਤਾ ਹੋਇਆ, ਸਾਰਾ ਹੈਂਡਵਰਕ ਇਹਦੇ 'ਚ। ਉਦਾਂ ਹੀ ਸੇਮ ਵਿੱਚ ਕਢਦਾਨੇ ਦਾ ਕੰਮ ਹੈ, ਦਬਕੇ ਦਾ ਕੰਮ ਹੈ ਅਤੇ ਕਲਰ ਸਿੱਪੀ ਹੈ, ਅਤੇ ਨਾਲ ਇਹਦੇ 'ਚ ਨੋਟ ਚੱਲਦੀ ਹੈ ਚੈਰੀ ਕਲਰ ਦੀ। ਲਓ ਜੀ ਦੁਪੱਟਾ ਖੋਲ੍ਹੋ ਬੇਟੇ, ਜਿਹੜਾ ਦੁਪੱਟਾ ਵੀ ਨਾਲ ਇਹਦੇ ਪਿਓਰ ਲਿਲਨ ਦੇ ਵਿੱਚ ਹੀ ਦੁਪੱਟਾ ਆਏਗਾ, ਮਹੇਸ਼ਵਰੀ ਸਿਲਕ ਦੀ ਸ਼ਰਟ ਹੈ, ਪਿਓਰ ਲਿਲਨ ਦੇ ਵਿੱਚ ਦੁਪੱਟਾ ਆਏਗਾ। ਉਹਦੇ ਦੇਖੋ ਕੋਰਨਰ ਦੇ ਉੱਤੇ ਹਲਕਾ ਜਿਹਾ ਕਢਦਾਨਾ ਵਾ, ਵਿੱਚ ਪੂਰੀ ਬੂਟੀ ਹੈ, ਮੈਂਗੋ ਯੈਲੋ ਕਲਰ ਹੈ, ਬਹੁਤ ਤਿੱਖਾ ਨਹੀਂ ਹੈਗਾ। ਦੂਜਾ ਕਲਰ ਵੀ ਬਹੁਤ ਸੋਹਣਾ ਜਿਹਦਾ, ਦੇਖੋ ਕਲਰ ਦੇਖੋ ਤੁਸੀਂ ਜਿਹੜਾ ਜੀ, ਮਟੈਲਿਕ ਗ੍ਰੇ ਕਲਰ ਹੈ। ਵਿਊਵਨ ਦੇਖੋ, ਇਹ ਚੀਜ਼ਾਂ ਨੇ ਐਕਸਕਲੂਸਿਵ। ਆਈਟਮ ਨੰਬਰ 8 'ਤੇ ਪ੍ਰਾਈਜ਼ ਪਏਗਾ 7,560 ਰੁਪਈਏ 7,560। ਲਓ ਜੀ ਕਿਹਾ ਵੀ ਚੀਜ਼ ਬਹੁਤ ਸੁਪਰ ਆਈਟਮ ਹੈ ਜੀ, ਦੇਖੋ ਜਿਹੜਾ ਉਹਦੇ 'ਚ ਦੂਜੜ ਦੇਣ ਆ ਗਿਆ ਜਿਹੜਾ, ਦੇਖੋ ਅਲਟੀਮੇਟ ਚੀਜ਼ਾਂ ਜਿਹੜੀਆਂ, ਪਾਕਿਸਤਾਨੀ ਕੋਨਸੈਪਟ ਸੂਟ ਆ ਰਿਹਾ ਹੈ ਸੇਮ 12,000-13,000 ਦੀ ਰੇਂਜ ਦੇ ਵਿੱਚ, ਉਹਨੂੰ ਅਨਸਟਿਚ ਦੇ ਵਿੱਚ ਤਿਆਰ ਕਰਤਾ ਪੀਸ ਨੂੰ। ਸ਼ਰਟ ਦਾ ਪੂਰੇ ਘੇਰੇ 'ਤੇ ਕੰਮ ਆ ਸਾਰਾ ਜਿਹੜਾ, ਨੀਚੇ ਸਾਰੀ ਲੇਸਿਸ ਦਿੱਤੀਆਂ ਨੇ, ਉਹਦੇ ਉੱਪਰ ਸਰਵੋਸਕੀ ਹੈ, ਨੀਚੇ ਪਰਲ ਦੇ ਲਟਕਣ ਦਿੱਤੇ ਨੇ ਨਾਲ, ਇਹਦੇ ਉੱਪਰ ਇਹਦੇ 'ਚ ਨੈੱਕ ਦਿੱਤਾ ਫਰਿੱਲ ਵਾਲਾ ਨੈੱਕ, ਨਾਲ ਇਹਦੇ 'ਚ ਪਰਲ ਦਿੱਤੇ ਨੇ, ਥੋੜ੍ਹੇ ਏ ਸੀ ਸਲੋ ਕਰਦੇ। ਅਤੇ ਨਾਲ ਦੁਪੱਟਾ ਹੈਗਾ ਫੋਰ ਸਾਈਡ ਦੇ ਵਿੱਚ,
ਦੁਪੱਟੇ ਦੇ ਚਾਰੇ ਪਾਸੇ ਐਮਬਰਾਇਡਰੀ ਹੈ ਜੀ, ਕੋਈ ਪੇਸਟਿੰਗ ਨਹੀਂ ਕੀਤੀ ਹੋਈ, ਸਾਰਾ ਵਰਕ ਹੈ, ਵਿੱਚ ਪੂਰਾ ਬੂਟੀ ਹੈ, ਦੁਪੱਟੇ 'ਤੇ ਹਲਕੀ ਹਲਕੀ ਸੀਕੁਐਂਸ ਵੀ ਹੈ, ਬਾਰਡਰ ਵੀ ਹੈ, ਪੱਲਿਆਂ 'ਤੇ ਪਰਲ ਦੀ ਸੈਟਿੰਗ ਹੈ। ਦੂਜਾ ਕਲਰ ਆਏਗਾ ਲਾਈਟ ਬਲੂ, ਮਾੜੇ ਦੋਨੇ ਵੀ ਕਰ ਸਕਦੇ ਹੋ, ਪੀਸ ਜ਼ਬਰਦਸਤ ਨੇ ਜੀ ਇਹ। ਔਰ ਰੇਟ ਦੇਖੋ ਕੀ ਨਿਕਲਿਆ, 4980 ਓਨਲੀ, ਫਰਿਲ ਵਾਲਾ ਨੈਕ ਬਣਿਆ। ਲਓ ਜੀ, ਟਿਸ਼ੂ ਦੇ ਵਿੱਚ ਇੱਕ ਹੋਰ ਆਈਟਮ ਆ ਗਈ, ਇਹ ਪਲੇਨ ਟਿਸ਼ੂ ਦੇ ਨਾਲ ਕ੍ਰਸ਼ ਦਾ ਕੋਨਸੈਪਟ ਹੈਗਾ। ਆਹ ਚੀਜ਼ ਆਏਗੀ, ਬਰੀਕ ਬਰੀਕ ਬੂਟੀ ਆਏਗੀ ਟਿਸ਼ੂ ਉੱਤੇ, ਕੋਈ ਕਿੱਦਾਂ ਨਹੀਂ ਕਰਤਾ, ਲਾਈਟ ਜਾਂ ਗ੍ਰੀਨਿਸ਼ ਗੋਲਡਨ ਕਲਰ ਹੈ, ਅਤੇ ਸਾਰਾ ਟਿਸ਼ੂ ਉੱਤੇ ਟੋਟਲ ਮਲਟੀ ਹੇਅਰ ਦਾ ਕੰਮ ਹੈ ਜੀ। ਆਲ ਓਵਰ ਸੇਮ ਬੈਕ ਆਏਗੀ, ਬੋਟਮ ਆਉਂਦੀ ਲਗਜ਼ਰੀ ਕੋਟਨ ਵਾਲੇ ਦੀ, ਇਹ ਨਾਲ ਦੁਪੱਟਾ ਜੀ, ਦੁਪੱਟੇ 'ਤੇ ਕਰੋਸ ਸਟਿਚ ਐਮਬਰਾਇਡਰੀ ਹੈ, ਪਿਓਰ ਕ੍ਰਸ਼ ਦਾ ਦੁਪੱਟਾ ਵਾ, ਦੋਨਾਂ ਦੇ ਵਿੱਚ ਦੋਨਾਂ ਲੈਂਥ ਵਾਲੇ ਪਾਸੇ ਕਰੋਸ ਸਟਿਚ ਐਮਬਰਾਇਡਰੀ ਹੈ ਵਿਦ ਸਕੈਲਪਿੰਗ ਦੇ ਵਿੱਚ, ਬੜਾ ਦੁਪੱਟਾ ਵਰਕ ਕਰਦੇ ਬਣੇ ਦਾ। ਦੂਜਾ ਕਲਰ ਆਏਗਾ ਜੀ ਮੋਵ ਇਹਦੇ 'ਚ। ਲਓ ਜੀ, ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ, ਆਈਟਮ ਨੰਬਰ 10, ਅਤੇ ਪ੍ਰਾਈਜ਼ ਪਏਗਾ 10,060 ਰੁਪਈਏ। ਲਓ ਜੀ, ਕਿਆ ਬਰਬਰੀ ਚੈੱਕ ਦੇ ਵਿੱਚ ਆਈਟਮ ਆਈ ਹੈ, ਆਹ ਵੀ ਚੀਜ਼ ਬਹੁਤ ਪਿਆਰੀ ਹੈ ਜੀ, ਪਿਓਰ ਸ਼ਿਮਰ ਦੇ ਉੱਤੇ ਸਾਰਾ ਵੋਵਨ ਦੇ ਵਿੱਚ ਚੈੱਕ ਬਣਿਆ ਜੀ, ਸਾਰਾ ਸਾਰਾ ਹਲਕਾ ਜਿਹਾ ਲਾਈਟ ਗੋਲਡਨ ਹੈ, ਅਨਮੋਲ ਕਲਰ ਦੇ ਵਿੱਚ, ਉਹਦੇ ਉੱਪਰ ਸੀਕੁਐਂਸ ਅਤੇ ਪਰਲ ਦੀ ਸੈਟਿੰਗ ਹੈ, ਨਾਲ ਸਰਬੋਸਕੀ ਹੈ, ਨੀਚੇ ਘੇਰਾ ਟੋਟਲ ਸਾਰਾ ਹੈਂਡਵਰਕ ਦਾ, ਨੀਚੇ ਔਰਗੈਂਜ਼ਾ ਦਾ ਬਾਰਡਰ ਦਿੱਤਾ, ਸਾਰਾ ਹੈਂਡਵਰਕ ਕੀਤਾ ਦੇਖੋ ਵਿੱਚ, ਇਹ ਸਾਰਾ ਦਬਕੇ ਦਾ ਕੰਮ ਹੈ, ਕਟਦਾਨੇ ਦਾ ਕੰਮ ਹੈ, ਪਰਲ ਦੀ ਸੈਟਿੰਗ ਹੈ, ਅਤੇ ਨਾਲ ਨਾਲ ਆਈਵਰੀ ਕਲਰ ਦੇ ਨਾਲ ਨਾਲ ਨੋਟ ਚੱਲਦੇ ਪਏ ਨੇ ਇਹ 'ਚ। ਹਲਕਾ ਜਿਹਾ ਬਾਜ਼ੂ 'ਤੇ ਸੇਮ ਇੱਦਾਂ ਹੀ ਬਰਬਰੀ ਚੈੱਕ ਬੈਕ 'ਤੇ ਆਏਗਾ ਜੀ ਇਹਦੇ 'ਚ। ਪਿਓਰ ਕਰੀਪ ਦੀ ਬੋਟਮ ਹੈ, ਦੁਪੱਟਾ ਆਏਗਾ ਪਿਓਰ ਜੋਰਜਟ ਔਰਗੈਂਜ਼ਾ ਦੇ ਵਿੱਚ, ਉਹਦੇ ਪੂਰੀ 4 ਸਾਈਡ ਐਮਬਰਾਇਡਰੀ ਆਏਗੀ ਦੁਪੱਟੇ 'ਚ, ਇਹ ਸਾਰਾ ਟੋਟਲ ਹੈਂਡਵਰਕ ਹੈ, ਲੇਸ ਨਹੀਂ ਹੈਗੀ, ਸਾਰੀ ਐਮਬਰਾਇਡਰੀ ਆ, ਨਾਲ ਨਾਲ ਬੂਟੀ ਆਏਗੀ। ਪਿਓਰ ਕਰੀਪ ਦੀ ਬੋਟਮ ਹੈ ਜੀ, ਪਿਓਰ ਸ਼ਿਮਰ ਦੀ ਚੈੱਕ ਵਾਲੀ ਸ਼ਰਟ ਹੈ, ਅਤੇ ਪਿਓਰ ਔਰਗੈਂਜ਼ਾ ਦੀ ਚੁੰਨੀ, ਆਈਟਮ ਦੇ ਦੂਜਾ ਕਲਰ ਹੈਗਾ ਕਰੀਮ ਗੋਲਡ ਕਲਰ ਹੈ ਜੀ ਇਹ 'ਚ। ਆਈਟਮ ਨੰਬਰ 11 ਪ੍ਰਾਈਜ਼ ਪਏਗਾ 9,520 ਰੁਪਈਏ ਜੀ। ਲਓ ਜੀ, ਕਿਹਾ ਪਿਓਰ ਕ੍ਰਸ਼ ਦੇ ਉੱਤੇ ਆਈਟਮ ਆਈ ਹੈ ਵੀ, ਮੋਵ ਕਲਰ ਦੇ ਉੱਤੇ, ਸਾਰਾ ਟੋਟਲ ਹੈਂਡਵਰਕ ਹੈ ਜੀ ਇਹ 'ਚ, ਇਹ ਸੀਕੁਐਂਸ ਦੇ ਨਾਲ ਬੂਟੀ ਬਣੀ ਹੈ, ਇਸ ਤਾਂ ਨਾਲ ਪੂਰੀ ਬੂਟੀ ਦਾ ਸਕੇਅਰ ਦਿੱਤਾ, ਜਾਲ ਹੈ, ਵਿੱਚ ਪਰਲ ਦੀ ਸੈਟਿੰਗ ਵੀ ਹੈ, ਸੀਕੁਐਂਸ ਵੀ ਹੈ, ਕਟਦਾਨਾ ਵੀ ਹੈ, ਉੱਪਰ ਨੈੱਕ ਆ ਗਿਆ ਵੀ ਸ਼ੇਪ ਦੇ ਵਿੱਚ, ਦੇਖੋ ਚੀਜ਼ਾਂ ਦੇਖੋ ਜੀ, ਇਹਦੇ ਇਹਨੇ ਐਕਸਕਲੂਸਿਵ ਚੀਜ਼ਾਂ ਸਾਰੀਆਂ ਪਿਓਰ ਦੇ ਉੱਤੇ। ਹੁਣ ਦੇਖੋ ਨਾਲ ਦੁਪੱਟਾ ਇਹਦੇ, ਇਹ ਮਹਾਰਾਜ ਇੱਕ ਇੱਕ ਪੀਸ ਤੁਹਾਨੂੰ ਜਿਹੜਾ ਬਿਲਕੁਲ ਛਾਂਟ ਕੇ ਦਿਖਾ ਰਹੇ, ਦੁਪੱਟਾ ਦੇਖੋ, ਦੁਪੱਟੇ 'ਚ ਪੂਰੀ ਐਮਬਰਾਇਡਰੀ ਹੈ, ਡਿਜੀਟਲ ਪ੍ਰਿੰਟਿੰਗ ਹੈ। ਦੂਜਾ ਕਲਰ 'ਚ ਆਏਗਾ ਦੁਪੱਟਾ, ਕਿੱਥੇ ਬੈਠਾ, ਹੈਲੋ ਦੁਪੱਟਾ ਕਹਾਂ ਗਿਆ ਇਸਕਾ, ਬੜੇ ਬੜੇ ਕਮਰਿਆਂ ਦੇ ਇਹ ਨਾਲ ਦੁਪੱਟਾ ਦੂਜੇ ਇਹਦੇ 'ਚ। ਲਓ ਜੀ, ਸੁਪਰ ਆਈਟਮ, ਪਿਓਰ ਕ੍ਰਸ਼ ਦੇ ਉੱਤੇ ਟਿਸ਼ੂ ਕ੍ਰਸ਼ ਹੈ, ਉਹਦੇ ਉੱਪਰ ਸਾਰਾ ਟੋਟਲ ਹੈਂਡਵਰਕ ਹੈ, ਡਿਜੀਟਲ ਦਾ ਦੁਪੱਟਾ, ਪਿਓਰ ਔਰਗੈਂਜ਼ਾ ਦਾ ਉਹਦੇ ਉੱਪਰ ਸਾਰਾ ਹੈਂਡਵਰਕ ਹੈ, ਮਤਲਬ ਸੂਟ ਤੁਸੀਂ ਬਹੁਤ ਦੇਖਦੇ ਹੋ ਵੀਡੀਓ 'ਚ, ਐਸੀ ਗੱਲ ਨਹੀਂ, ਲੇਕਿਨ ਤੁਹਾਨੂੰ ਕਿਸੇ ਵੀ ਦੁਕਾਨਦਾਰ ਨੇ ਤੁਹਾਨੂੰ ਆਈਟਮ ਨਹੀਂ ਹਲੇ ਸ਼ੋਅ ਕਰਨੀ ਹੈ।
ਆਈਟਮ ਨੰਬਰ ਅੱਜ ਦੀ ਵੀਡੀਓ ਦੀ 12 ਪ੍ਰਾਈਜ਼ ਪਏਗਾ 11,150 ਰੁਪਈਏ ਜੀ। ਜਸਨੀਤ ਜੀ ਸਤਿ ਸ਼੍ਰੀ ਅਕਾਲ ਜੀ, ਰੀਨਾ ਜੀ ਸਤਿ ਸ਼੍ਰੀ ਅਕਾਲ ਜੀ, ਵੈਰੀ ਨਾਈਸ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ, ਹਾਂਜੀ ਲਾਲ ਸਾਹਿਬ ਸਤਿ ਸ਼੍ਰੀ ਅਕਾਲ। ਲਓ ਜੀ ਕਿਆ ਚੀਜ਼ ਦੇਣਾ ਜਰਾ, ਇਹ ਪਿਓਰ ਬਰੋਕਟ ਉੱਤੇ ਆਈਟਮ ਆ ਗਈ ਜੀ। ਪਹਿਲਾਂ ਬਹੁਤ ਆਪਣੇ ਤੁਸੀਂ ਤੁਹਾਡੇ ਘਰ 'ਚ ਹੀ ਪਾਉਂਦੇ ਹੋਣਗੇ ਵੱਡੇ, ਤੁਹਾਡੇ ਮੰਮੀ ਹੈ, ਤੁਹਾਡੇ ਨਾਨੀ ਹੈ, ਤੁਹਾਡੀ ਦਾਦੀ, ਅੱਜ ਕੱਲ੍ਹ ਘੱਟ ਤੁਹਾਨੂੰ ਦੇਖਣ ਨੂੰ ਮਿਲਦੀ ਹੈ। ਇਹ ਪਿਓਰ ਬਰੋਕਟ ਦੀ ਸ਼ਰਟ ਹੈ, ਉਹਦੇ ਉੱਪਰ ਸਿਰਫ ਹਲਕਾ ਜਿਹਾ ਪੈਚ ਦੇ ਕੇ ਐਮਬਰਾਇਡਰੀ ਕੀਤੀ ਹੈ। ਪਿਓਰ ਦਬਕੇ ਦਾ ਕੰਮ ਹੈ ਇਹ ਚੀਜ਼ਾਂ। ਮਤਲਬ ਜਿਵੇਂ ਆਪਾਂ ਕਿਸੇ ਫੰਕਸ਼ਨ 'ਤੇ, ਘਰ ਦਾ ਫੰਕਸ਼ਨ ਕਰਨਾ ਵਾ, ਅਤੇ ਮੰਮੀ ਨਾਨੀ ਦਾਦੀ ਨੂੰ ਵੀ ਸੂਟ ਚਾਹੀਦਾ ਪਿੰਕ ਕਲਰ ਦਾ, ਲੇਕਿਨ ਚਾਹੀਦਾ ਹੈਂਡ ਵਰਕ ਹੈ, ਇੰਨਾ ਕੰਮ ਚੱਲਦਾ। ਉਹਦੇ ਕੋਲ ਓਵਰ ਨਹੀਂ ਚੱਲਦਾ, ਸਿਰਫ ਆਹ ਕੰਮ ਚੱਲੇਗਾ। ਸਿਰਫ ਸ਼ਰਟ ਦੇ ਘੇਰੇ 'ਤੇ ਆ ਗਿਆ ਜੀ, ਕਰੀਬ ਦੀ ਬੋਟਮ ਆ ਗਈ, ਦੁਪੱਟੇ 'ਤੇ ਹਲਕਾ ਜਿਹਾ ਬਾਰਡਰ ਆ ਗਿਆ, ਆਹ ਦੁਪੱਟੇ 'ਤੇ ਹਲਕਾ ਜਿਹਾ ਬਾਰਡਰ ਆ ਗਿਆ ਚਾਰੇ ਪਾਸੇ ਬਰੀਕ ਬਰੀਕ। ਲਓ ਜੀ ਬਸ ਇੰਨਾ ਹੀ ਕੰਮ ਹੈ। ਪਿਓਰ ਕਰੇਪ ਦੀ ਬੋਟਮ ਹੈ, ਬਰੋਕਟ ਦੀ ਸ਼ਰਟ ਹੈ, ਚਨੌਨ ਛਪੋਨ ਦੀ ਚੁੰਨੀ ਹੈ, ਦੂਜਾ ਕਲਰ ਹੈਗਾ ਗ੍ਰੀਨ ਕਲਰ ਇਹਦੇ 'ਚ। 13 ਨੰਬਰ ਆਈਟਮ 5860-5860। ਚਲੋ ਅੱਗੇ ਜੀ, ਸੁਨੀਲ ਦਾਦੀ ਸਤਿ ਸ਼੍ਰੀ ਅਕਾਲ ਜੀ, ਸੁਖਬੀਰ ਜੀ ਸਤਿ ਸ਼੍ਰੀ ਅਕਾਲ ਜੀ। ਕਿੰਨੇ ਬੰਦੇ ਚੱਲ ਰਹੇ ਮੋਬਾਈਲ? ਲਓ ਜੀ ਕਿਆ ਪਿਓਰ ਕਰੇਪ ਉੱਤੇ ਆਈਟਮ ਆਈ ਹੈ, ਇਹ ਵੀ ਆਰਟੀਕਲ ਬਹੁਤ ਸੁਪਰ ਆਈ ਹੈ। ਇਹ ਸਾਰੀ ਪ੍ਰਿੰਟਿੰਗ ਆਏਗੀ, ਦੇਖੋ ਇਹਦੇ 'ਚ ਕਿਤਨੇ। ਲਓ ਜੀ ਇਹ ਸਾਰੀ ਪ੍ਰਿੰਟਿੰਗ ਦੇ ਨਾਲ ਨਾਲ ਚੱਲੀ, ਲੇਸ ਚੱਲਦੀ ਪਈ ਐਮਬਰਾਇਡਰੀ ਵਾਲੀ, ਇਹ ਪ੍ਰਿੰਟਿੰਗ ਉੱਤੇ ਸਾਰੀ ਆਊਟਿੰਗ ਆ। ਪਿੱਟਾਂ ਦਾ ਵਰਕ ਹੈ ਇਹਦੇ 'ਚ, ਤਿੱਲੇਕਾਰੀ ਦਾ ਕੰਮ ਆਏਗਾ, ਨਾਲ ਨਾਲ ਨੋਟ ਦਾ ਕੰਮ ਆਏਗਾ ਸਾਰੀ ਇਹਦੇ 'ਚ। ਇਹ ਪੂਰੀ ਸ਼ਰਟ ਦੇ ਘੇਰੇ 'ਤੇ ਪ੍ਰਿੰਟਿੰਗ ਆ, ਨਾਲ ਨਾਲ ਉੱਪਰ ਆਊਟਿੰਗ ਹੈ, ਉੱਪਰ ਪੇਜ਼ਰੀ ਬਣੀਆਂ ਨੇ, ਯੈਲੋ ਪਿੰਕ ਰਾਮਾ, ਫਿਰ ਨਾਲ ਦੁਪੱਟਾ ਚਾਰੇ ਪਾਸੇ। ਓਏ ਹੋਏ ਹੋਏ ਜ਼ਬਰਦਸਤ ਚੀਜ਼ ਆ, ਦੇਖੋ ਦੁਪੱਟੇ 'ਤੇ ਪੂਰੀ ਐਮਬਰਾਇਡਰੀ ਨਾਲ ਸਾਰੇ ਲੱਗਦੇ ਨੇ, ਦੇਖੋ ਪੈਚਿੰਗ ਇਹ। ਅਤੇ ਦੂਜਾ ਕਲਰ ਆਏਗਾ ਇਹ 'ਚ ਗੋਲਡਨ ਕਲਰ ਜੀ ਵਾਲਾ। ਲਓ ਜੀ ਪ੍ਰਾਈਜ਼ ਦੇ ਬੇਟਾ ਕਿੰਨੇ ਕਿਲੋ ਆਈਟਮ ਨੰਬਰ ਆਈ ਦੀ ਵੀਡੀਓ, ਪਿਓਰ ਕਰੇਪ ਉੱਤੇ ਆਈਟਮ ਆ ਜੀ, ਪਿਓਰ ਕਰੇਪ ਦੀ ਬੋਟਮ ਹੈ, ਚਨੌਨ ਛਪੋਨ ਦੀ ਚੁੰਨੀ, ਆਈਟਮ ਨੰਬਰ 14, ਪ੍ਰਾਈਜ਼ ਪਏਗਾ 6650। ਲਓ ਜੀ ਟਿਸ਼ੂ ਰਿੰਕਲ ਦੇ ਵਿੱਚ ਹੀ ਸਟਾਈਪਸ ਦੇ ਵਿੱਚ ਆਈਟਮ ਆਈ ਹੈ, ਇੱਕ ਬਹੁਤ ਪਿਆਰੀ ਕਰੀਮ ਕਲਰ ਉੱਤੇ, ਡਾਰਕ ਕਰੀਮ ਕਲਰ ਹੈ। ਤੁਸੀਂ ਬੇਸਿਕਲੀ ਫੈਬਰਿਕ ਦੇਖ ਹੀ ਦਿਓ, ਪਿਓਰ ਦੇ ਵਿੱਚ ਹੈ ਸਾਰਾ ਜੀ ਇਹਦਾ, ਅਤੇ ਬੋਟਮ ਆਏਗੀ ਨਾਲ ਇਹਦੇ ਪਿਓਰ ਕਰੇਪ ਦੀ। ਉੱਪਰ ਹੈਂਡ ਸਾਰਾ ਦੇਖੋ ਵੀ ਸ਼ੇਪ ਨੈੱਕ ਦਿੱਤਾ, ਨੈੱਕ ਹੋਰ ਬੜਾ ਬੜੇ ਇੱਧਰ ਰੱਖ, ਵੀ ਸ਼ੇਪ ਨੈੱਕ ਆ ਸਾਰਾ ਜੀ ਦੇਖੋ। ਇਹਦੇ 'ਚ ਕੜਦਾਨੇ ਦਾ ਕੰਮ ਹੈ, ਨੋਟ ਦਾ ਕੰਮ ਹੈ, ਗ੍ਰੀਨ ਕਲਰ 'ਤੇ, ਹਾਂ ਗ੍ਰੀਨ ਨੋਟ ਦਿੱਤੇ, ਬਾਕੀ ਸਾਰਾ ਸੀਕੁਐਂਸ ਦਾ ਕੰਮ ਹੈ ਇਹਦੇ 'ਚ। ਨਾਲ ਲਾਈਟ ਬਲੂ ਕਲਰ ਦੀ ਦਿੱਤੀ ਨੋਟ, ਨਾਲ ਗਾਜਰੀ ਕਲਰ ਦੀ ਨੋਟ ਦਿੱਤੀ ਹੋਈ ਹੈ। ਇਹ ਸਾਰਾ ਪੈਚ ਦਿੱਤੇ ਨੇ, ਔਰਗੈਨਜ਼ਾ ਦੇ ਪੈਚ ਨੇ ਦਿੱਤੇ ਨੀਚੇ, ਮਤਲਬ ਇਹ ਬਹੁਤ ਅੱਛੇ ਲੈਵਲ ਦੇ ਪੀਸ ਨੇ ਜੀ। ਸ਼ਰਟ ਦਾ ਪੂਰਾ ਫਰੰਟ ਫੁੱਲ ਬਾਜ਼ੂ, ਪਿਓਰ ਦੀ ਬੋਟਮ, ਦੁਪੱਟੇ 'ਤੇ ਹਲਕੀ ਹਲਕੀ ਸਕੈਲਪਿੰਗ, ਚਾਰੇ ਪਾਸੇ ਬੂਟੀ। ਸਿੰਗਲ ਕਲਰ ਹੈ, ਹੈਂ ਸਿੰਗਲ ਪੀਸ ਆ ਜੀ ਇਹਦਾ। ਆਈਟਮ ਨੰਬਰ ਅੱਜ ਦੀ ਵੀਡੀਓ ਦੀ 15, ਅਤੇ ਪ੍ਰਾਈਜ਼ ਪਏਗਾ 9750 ਰੁਪਈਏ ਜੀ। ਹੁਣ 3-4 ਪੀਸ ਸਿੰਗਲ ਸਿੰਗਲ ਆਣਗੇ ਹੈ ਨਾ। ਲਓ ਜੀ ਇਹ ਵੀ ਕ੍ਰਸ਼ ਦੇ ਵਿੱਚ ਹੀ, ਇਹ ਪਹਿਲਾਂ ਦਿਖਾ ਦਿੰਦੇ ਪਾਏ, ਇਹ ਦੂਜੇ ਦਿਨ ਹੈਗਾ ਜੀ ਇਹਦਾ ਚੋਰੀ 'ਚ। ਸਾਡੇ ਕੋਲ ਡੇਲੀ ਮਾਲ ਨਵੇਂ ਆਉਣੇ ਨੇ ਜੀ, ਡੇਲੀ ਟੋਟਲ। ਪਿਓਰ ਕ੍ਰਸ਼ ਫੈਬਰਿਕ ਹੈ, ਉਹਦੇ ਉੱਪਰ ਸਾਰਾ ਹੈਂਡਵਰਕ ਕੀਤਾ ਦੇਖੋ ਜੀ ਬੂਟੀ ਨਾਲ,
ਉੱਪਰ ਨੈੱਕ ਬਣਿਆ ਬਹੁਤ ਸੋਹਣਾ, ਇਹ 'ਚ ਰੇਸ਼ਮ ਦਾ ਕੰਮ ਹੈ, ਦਬਕੇ ਦਾ ਕੰਮ ਹੈ, ਨਾਲ ਨਾਲ ਸ਼ੀਸ਼ੇ ਦਾ ਕੰਮ ਹੈ, ਅਤੇ ਨਾਲ ਦੁਪੱਟਾ ਆਏਗਾ ਗੜਚੋਲੇ ਦੇ ਵਿੱਚ, ਦੁਪੱਟਾ ਆਏਗਾ ਇਹਦੇ 'ਚ ਦੁਪੱਟੇ ਉੱਤੇ ਕੋਰਨਰ ਉੱਤੇ, ਦੋ ਕੋਰਨਰ ਉੱਤੇ ਸਾਰਾ ਇਸ ਤਰ੍ਹਾਂ ਐਬਰੋਚ ਦਿੱਤਾ ਹੋਇਆ, ਬਹੁਤ ਐਕਸਕਲੂਸਿਵ ਚੀਜ਼ਾਂ ਸਾਰੀਆਂ ਜਿਹੜੀਆਂ। ਆਹ ਲੋਕ ਆਏਗੀ ਸਿੰਗਲ ਕਲਰ ਹੀ ਜਿਹੜਾ ਪਿਆਜ਼ੀ ਪਿੰਕ, ਆਈਟਮ ਨੰਬਰ 16 ਪ੍ਰਾਈਜ਼ ਪਏਗਾ 10,140 ਰੁਪਈਏ। ਲਓ ਜੀ ਇਹ ਵੀ ਸਿੰਗਲ ਸਿੰਗਲ ਵੀ ਸੀ, ਟਿਸ਼ੂ ਉੱਤੇ ਪ੍ਰਿੰਟਿੰਗ ਦੇ ਵਿੱਚ ਆਈਟਮ ਆਈ ਹੈ ਜਿਹੜੀ, ਇਹ ਸਾਰਾ ਟਿਸ਼ੂ ਫੈਬਰਿਕ ਹੈ, ਗਲਾਸ ਟਿਸ਼ੂ ਫੈਬਰਿਕ ਹੈ, ਉਹਦੇ ਉੱਪਰ ਸਾਰਾ ਪਹਿਲਾਂ ਡਿਜੀਟਲ ਪ੍ਰਿੰਟ ਹੈ, ਫਿਰ ਉਹਨੂੰ ਪ੍ਰਿੰਟ ਨੂੰ ਪ੍ਰੋਪਰ ਹਾਈਲਾਈਟ ਕੀਤਾ ਹੋਇਆ ਬਿਲਕੁਲ ਰੀਅਲ ਪਿੱਟੇ ਦੇ ਨਾਲ, ਸਾਰਾ ਰੀਅਲ ਪਿੱਟੇ ਨਾਲ ਉਹਨੂੰ ਹਾਈਲਾਈਟ ਕੀਤਾ ਸਾਰਾ ਇਸ ਦਾ, ਨਾਲ ਨਾਲ ਹਲਕਾ ਹਲਕਾ ਡੋਰੀ ਦੇ ਨਾਲ ਪਿੱਟਾ ਚੱਲ ਰਿਹਾ ਜਣੇ ਦੇ ਉੱਪਰ। ਨੈਕ ਤੁਸੀਂ ਆਪਣੀ ਮਰਜ਼ੀ ਨਾਲ ਸ਼ੇਪ ਦੇਣੀ ਹੈ, ਦੁਪੱਟੇ ਦੇ ਦੀ ਪੱਲਿਆਂ ਦੇ ਪ੍ਰਿੰਟਿੰਗ ਹੈ, ਸੈਂਟਰ ਦੇ ਵਿੱਚ ਪੂਰੀ ਬੂਟੀ ਆਏਗੀ, ਚਾਰੇ ਪਾਸੇ ਸਕੈਲਪਿੰਗ ਆਣਗੇ, ਲਾਈਟ ਬਲੂ ਕਲਰ ਹੈ, ਬੋਟਮ ਆਏਗੀ ਲਗਜ਼ਰੀ ਦੀ, ਆਈਟਮ ਨੰਬਰ 17 ਪ੍ਰਾਈਜ਼ ਪਏਗਾ 9050। ਵੰਦਨਾ ਜੀ ਸਤਿ ਸ਼੍ਰੀ ਅਕਾਲ ਜੀ, ਲਓ ਜੀ ਇਹ ਦੋ ਤਿੰਨ ਪੀਸ ਮੇਰੇ ਕੋਲ ਨਾ ਕੋਟਨ ਦੇ ਵਿੱਚ ਆਏ ਸੀਗੇ, ਪਿਓਰ ਮਸਲੀਨ ਕੋਟਨ ਦੇ ਉੱਤੇ ਆਈਟਮ ਆਈ ਹੈ, ਇਹ ਸਾਰਾ ਪ੍ਰਿੰਟਿੰਗ ਦਾ ਕੋਨਸੈਪਟ ਆਈ ਵਾਲਾ, ਡਿਜ਼ਾਇਨਰ ਪ੍ਰਿੰਟਿੰਗ ਹੈ, ਉਹਦੇ ਉੱਪਰ ਹਲਕਾ ਜਿਹਾ ਵਰਕ ਕੀਤਾ ਹੋਇਆ, ਵਰਕ ਵੀ ਕੀ ਕੀਤਾ, ਸਿਰਫ ਇਹ 'ਚ ਤਿੱਲੇ ਦਾ ਕੰਮ ਹੈ ਅਤੇ ਨਾਲ ਨਾਲ ਪਿੱਟਾ ਵਰਕ ਹੈ, ਨੈਕੀ ਰਾਹ ਗਿਆ ਨੀਚੇ, ਆ ਉੱਪਰ ਨੈਕ 'ਤੇ ਕੰਮ ਆ ਗਿਆ ਸਾਰਾ ਹਲਕਾ ਜਿਹਾ, ਸਿੰਪਲ ਦੁਪੱਟਾ ਸ਼ਿਫੋਨ ਦਾ ਬਹੁਤ ਪਿਆਰਾ ਪੀਸ ਹੈ ਜਿਹੜਾ ਦੁਪੱਟਾ, ਨਾਲ ਇਹਦੇ 'ਚ ਸ਼ਿਫੋਨ ਦਾ ਦੁਪੱਟਾ, ਡਿਜੀਟਲ ਪ੍ਰਿੰਟਿੰਗ ਹੈ, ਮੈਂਗੋ ਯੈਲੋ ਕਲਰ ਆ, ਅਤੇ ਮੈਂ ਕਿਹਾ ਨਵੇਂ ਆਏ ਸੀ ਪੀਸ ਨਾਲ ਨਾਲ ਸ਼ੋਅ ਕਰਦੀ ਹਾਂ, ਦੂਜਾ ਗ੍ਰੇ ਕਲਰ ਆਏਗਾ ਜਿਹੜਾ, ਮਤਲਬ ਇੰਨਾ ਕੁ ਕੰਮ ਹੈ, ਪ੍ਰਿੰਟਿੰਗ ਬਹੁਤ ਸੋਹਣੀ ਹੈ। ਦਿਓ ਜੀ ਪ੍ਰਾਈਜ਼ ਕੀ ਨਿਕਲਿਆ ਬੇਟੇ, ਇਹ ਕੋਟਨ ਦੇ ਵਿੱਚ ਹੈ ਜੀ, ਆਈਟਮ ਨੰਬਰ 18 ਪ੍ਰਾਈਜ਼ ਪਏਗਾ 3100 ਰੁਪਈਏ। ਚਲੋ ਓਕੇ ਜੀ, ਇੱਕ ਪਾਕਿਸਤਾਨੀ ਮੇਰੇ ਕੋਲ ਆਈਟਮ ਆਈ ਸੀ ਮਸਲੀਨ ਦੇ ਉੱਤੇ, ਮੈਂ ਕਿਹਾ ਵੀ ਤੁਹਾਨੂੰ ਸ਼ੋਅ ਕਰਦੀ, ਚਲੋ ਪੀਸ ਆਈਟਮ ਬਹੁਤ ਸੋਹਣੀ ਹੈ ਵੀ। ਫਰੰਟ ਵੀ ਹੈ ਪ੍ਰੋਪਰ, ਬੈਕ ਵੀ ਹੈ, ਫੁੱਲ ਬਾਜ਼ੂ ਵੀ ਹੈ, ਇਹ ਕੋਰਨਰ 'ਤੇ ਨਾ ਪੇਜ਼ਲੀ ਬਣੀਆਂ ਦੇਖੋ ਇਹਦੇ 'ਚ ਚਾਕਾਂ 'ਤੇ, ਇਹ ਨੀਚੇ ਪ੍ਰਿੰਟਿੰਗ ਹੈ ਸਾਰੀ, ਇਹ ਨੀਚੇ ਲੇਸ ਆ ਗਈ, ਦੋਨੇ ਕੋਰਨਰ 'ਤੇ ਪੇਜ਼ਲੀ ਹੈ, ਅਤੇ ਬਾਕੀ ਉੱਪਰ ਟਾਈ ਅੰਡਾਈ ਦੇ ਵਿੱਚ ਆ, ਉੱਪਰ ਮੋਵ ਕਲਰ ਹੈ, ਨੀਚੇ ਆ ਕੇ ਯੈਲੋ ਕਲਰ ਆ ਜਾਂਦਾ, ਇਹ ਸਾਈਡਾਂ 'ਤੇ ਐਮਬਰਾਇਡਰੀ ਆ ਗਈ, ਇਸ ਤਰ੍ਹਾਂ ਹੀ ਦੋਨੇ ਚਾਕਾਂ 'ਤੇ ਐਮਬਰਾਇਡਰੀ ਆ ਜਾਂਦੀ ਹੈ, ਬੋਟਮ ਇਹਦਾ ਪਾਏਗੀ ਪਰਪਲ ਕਲਰ ਦੀ ਗਲੇਸ ਦੀ, ਅਤੇ ਨਾਲ ਦੁਪੱਟਾ ਆਏਗਾ ਟੂ ਟੋਨ ਦੇ ਵਿੱਚ, ਮਸਲੀਨ ਦੀ ਸ਼ਰਟ, ਮਸਲੀਨ ਦੀ ਚੁੰਨੀ, ਕੋਟਨ ਦੀ ਬੋਟਮ, ਦੂਜਾ ਕਲਰ ਹੈਗਾ ਯੈਲੋ ਨਾਲ ਗ੍ਰੀਨ ਜੀ, ਇਹ ਹੈਗਾ ਯੈਲੋ ਨਾਲ ਮੋਵ, ਇਹ ਹੈਗਾ ਯੈਲੋ ਨਾਲ ਗ੍ਰੀਨ। ਆਈਟਮ ਨੰਬਰ 19 ਪ੍ਰਾਈਜ਼ ਪਏਗਾ ਸਿਰਫ 2800 ਰੁਪਈਏ ਜੀ, ਇਹ ਵੀ ਕੋਟਨ ਦੇ ਵਿੱਚ ਸੀਗਾ। ਇੱਕ ਵਾਰ ਤੁਹਾਨੂੰ ਨਾ ਕਰੀਮ ਕਲਰ ਦੇ ਵਿੱਚ ਆਈਟਮ ਆਈ ਹੈ ਵੀ ਪੀਸ, ਬਹੁਤ ਸੋਹਣਾ, ਮੈਂ ਕਿਹਾ ਚਲੋ ਵੀ ਪਾ ਦਈਏ ਵੀਡੀਓ 'ਚ। ਇਹ ਪਿਓਰ ਮਤਲਬ ਲਗਜ਼ਰੀ ਕੋਟਨ ਬੇਸ ਆਈ ਵਾਲਾ, ਇਹ ਰੂਬੀ ਮਿਲਦੀ ਕੋਟਨ ਹੈ ਜੀ, ਰਿੰਕਲ ਕੋਟਨ ਬੋਲਦੇ ਉਹਨੂੰ, ਉਹਦੀ ਸਾਰੀ ਵੀਵਿੰਗ ਆਈ ਹੈ ਫਸਟ ਟਾਈਮ ਬਣ ਕੇ, ਇਹ ਮੋਸਟਲੀ ਸਾਰੀ ਵੀਵਿੰਗ ਹੈ, ਪਿਓਰ 'ਤੇ ਬਣਦੀ ਹੈ ਜਿਹੜੀ, ਉਹਦੇ ਨੀਚੇ ਪੂਰੀ ਐਮਬਰਾਇਡਰੀ ਹੈ, ਟੈਕ ਫੈਬ ਦਾ ਪੀਸ ਹੈ ਜੀ ਵਾਲਾ, ਤੁਸੀਂ ਨਾਮ ਸੁਣਿਆ ਹੋਏਗਾ ਬ੍ਰਾਂਡ ਦਾ, ਇਹ ਨੀਚੇ ਪੂਰੀ ਐਮਬਰਾਇਡਰੀ ਹੈ ਸਕੈਲਪਿੰਗ 'ਚ, ਫਿਰ ਉੱਪਰ ਸਿੰਗਲ ਸਿੰਗਲ ਐਮਬਰਾਇਡਰੀ ਹੈ ਸਾਰੀ, ਕਲਰ ਸਿੰਗਲ ਬਣਦਾ ਜੀ ਪੀਸ, ਤੁਹਾਨੂੰ 2-4-5 ਜਿੰਨੇ ਕਹੋਗੇ ਮਿਲ ਜਾਣਗੇ, ਉੱਪਰ ਨੈਕ ਸੈਟਿੰਗ ਆ ਗਈ ਇੱਦਾਂ ਹੀ ਇਹਦੇ 'ਚ, ਮੇਨ ਗੱਲ ਹੁੰਦੀ ਦੁਪੱਟਾ, ਫਿਰ ਦੁਪੱਟਾ ਖੋਲੋ ਜਰਾ ਬੇਟੇ। ਲਓ ਜੀ ਦੁਪੱਟੇ 'ਤੇ ਪੂਰੀ ਚਾਰੇ ਪਾਸੇ ਲੇਸ ਹੈ, ਕੋਟਿਆ ਕੋਟਨ ਦਾ ਦੁਪੱਟਾ ਵਾ, ਵਿੱਚ ਪੂਰੀ ਐਮਬਰਾਇਡਰੀ ਆ। ਲਓ ਜੀ
ਇਹ ਵੀ ਸਿੰਗਲ ਪੀਸ ਸੀ, ਆਈਟਮ ਨੰਬਰ ਵੀਡੀਓ ਦੀ 20 ਅਤੇ ਪ੍ਰਾਈਜ਼ ਪਏਗਾ 3590 ਰੁਪਈਏ। ਲਾਸਟ ਪੀਸ ਦਾ ਲੋ ਜੀ, ਲਾਸਟ ਪੀਸ ਦਾ ਇਹ ਲਾਇਆ ਪਿਓਰ ਕਰੇਬ ਉੱਤੇ ਲਾਇਆ ਜੀ, ਇਹ ਪਿਓਰ ਕਰੇਬ ਉੱਤੇ ਪ੍ਰਿੰਟਿੰਗ ਆਏਗਾ, ਨੀਚੇ ਇਹ ਬੋਟਮ 'ਤੇ ਕੰਮ ਆਏਗਾ ਜੀ। ਇਹਦਾ ਪਹਿਲਾਂ ਡਿਜੀਟਲ ਪ੍ਰਿੰਟਿੰਗ ਹੈ, ਫਿਰ ਉਹਦੇ ਉੱਪਰ ਤਿੱਲੇਕਾਰੀ ਦਾ ਕੰਮ ਹੈ, ਨਾਲ ਗੋਟੇ ਦਾ ਕੰਮ ਹੈ। ਇਹ ਦੁਪੱਟਾ ਆਏਗਾ 4 ਸਾਈਡ ਦੁਪੱਟੇ 'ਚ ਐਮਬਰਾਇਡਰੀ ਹੈ, ਪ੍ਰਿੰਟਿੰਗ ਹੈ, ਸਕੈਲਪਿੰਗ ਹੈ। ਸ਼ਰਟ ਆਏਗੀ ਪਿਓਰ ਗ੍ਰੇ ਕਲਰ ਦੇ ਵਿੱਚ ਜੀ, ਪਿਓਰ ਕਰੇਬ ਉੱਤੇ ਜੀ, ਫੁੱਲ ਬਾਜ਼ੂ ਆਣਗੇ। ਦਿਓ ਜੀ ਪ੍ਰਾਈਜ਼ ਬੜੇ ਕੀ ਨਿਕਲਿਆ, ਆਈਟਮ ਨੰਬਰ ਅੱਜ ਦੀ ਵੀਡੀਓ ਦੀ 21 'ਤੇ ਪ੍ਰਾਈਜ਼ ਪਏਗਾ ਆਪਾਂ ਨੂੰ 6900। ਨੰਬਰ ਭਾਅ ਜੀ ਇੱਕ ਵਾਰੀ ਫਿਰ ਦਿਖਾ ਦਿਓ। ਲਓ ਜੀ ਤੁਸੀਂ ਨੰਬਰ ਇੱਕ ਵਾਰੀ ਫਿਰ ਨੋਟ ਕਰੋ, ਜਿਹੜਾ ਬੁਕਿੰਗ ਵਾਸਤੇ 3 ਨੰਬਰ ਦਿਖਾਉਂਦੇ ਹਾਂ ਅਸੀਂ। ਲਓ ਜੀ ਇਹ 3 ਨੰਬਰ ਨੇ ਸਟੋਰ 'ਤੇ, 3 ਨੰਬਰਾਂ 'ਤੇ ਵਟਸਐਪ ਚੱਲਦਾ, ਤੁਹਾਨੂੰ ਜੋ ਜੋ ਚੰਗਾ ਲੱਗਦਾ ਤੁਸੀਂ ਪਿੱਕ ਭੇਜ ਕੇ ਆਪਣੇ ਵੀਸ ਫਾਈਨਲ ਕਰ ਸਕਦੇ ਹੋ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ ਜੀ।